ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਡਾਕਟਰ ਸੁਖਤੇਜ ਸਾਹਨੀ, ਕੰਸਲਟੈਂਟ ਸਾਈਕੈਟ੍ਰਿਸਟ, ਚੀਮਾ ਮੈਡੀਕਲ ਕੰਪਲੈਕਸ। ਅੱਜ ਕੰਟੀਨਿਊਏਸ਼ਨ ਵੀਡੀਓ ਹੈ ਡਿਪਰੈਸ਼ਨ ਤੇ। ਅੱਜ ਗੱਲ ਕਰਾਂਗੇ ਮਿਥਸ ਆਫ ਡਿਪਰੈਸ਼ਨ, ਯਾਨੀ ਕਿ ਡਿਪਰੈਸ਼ਨ ਦੀ ਬਿਮਾਰੀ ਦੇ ਨਾਲ ਵਹਿਮ ਕਿਹੜੇ ਜੁੜੇ ਹੋਏ ਹੈ। ਦੇਖੋ, ਆਮ ਤੌਰ ਤੇ ਲੋਕ ਸੋਚਦੇ ਹੈ ਕਿ ਡਿਪਰੈਸ਼ਨ ਇੱਕ ਇਮੋਸ਼ਨਲ ਰਿਐਕਸ਼ਨ ਹੈ, ਜਿਵੇਂ ਬੰਦੇ ਦੀ ਲਾਈਫ 'ਚ ਕੋਈ ਲੋਸ ਹੋ ਗਿਆ, ਘਾਟਾ ਹੋ ਗਿਆ, ਉਦੋਂ ਜਿਹੜਾ ਇਮੋਸ਼ਨਲ ਰਿਐਕਸ਼ਨ ਹੈ ਉਹ ਡਿਪਰੈਸ਼ਨ ਹੈ, ਜੋ ਸਰਾਸਰ ਗਲਤ ਹੈ। ਉਹ ਇੱਕ ਨੋਰਮਲ ਇਨਸਾਨੀ ਇਮੋਸ਼ਨ ਹੈ ਜੋ ਹਰ ਬੰਦੇ ਨਾਲ ਹੁੰਦੇ ਹੈ, ਅਪਸ ਐਂਡ ਡਾਊਨਸ ਲਾਈਫ ਦੇ ਹੁੰਦੇ ਆ, ਉਹ ਡਿਪਰੈਸ਼ਨ ਨਹੀਂ ਹੈ। ਸੈਕਿੰਡ ਇਹ ਮੰਨਿਆ ਜਾਂਦਾ ਕਿ ਡਿਪਰੈਸ਼ਨ 'ਚ ਕਈ ਵਾਰ ਉੱਪਰੀ ਕਸਰ, ਸਾਇਆ, ਲੋਕਾਂ ਦੀ ਨਜ਼ਰ, ਇਹ ਸਭ ਕੁਛ ਵੀ ਪਲੇ ਕਰਦਾ, ਪਰ ਸਾਇੰਸ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਇਹ ਸਿਰਫ ਔਰ ਸਿਰਫ ਇੱਕ ਹਾਰਮੋਨਲ, ਸਾਈਕੋਲੋਜੀਕਲ ਅਤੇ ਨਿਊਰੋਲੋਜੀਕਲ ਬਿਮਾਰੀ ਮੰਨੀ ਜਾ ਸਕਦੀ ਹੈ। ਫਿਰ ਇਹ ਮੰਨਿਆ ਜਾਂਦਾ ਕਿ ਡਿਪਰੈਸ਼ਨ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਇਫੈਕਟਿਵ ਨਹੀਂ ਹੈ, ਉਹ ਪੂਰੀ ਉਮਰ ਰਹਿੰਦਾ ਹੈ, ਪੂਰੀ ਉਮਰ ਗੋਲੀਆਂ ਲੈਣੀਆਂ ਪੈਂਦੀਆਂ, ਗੋਲੀਆਂ ਦਾ ਬੰਦਾ ਆਦੀ ਹੋ ਜਾਂਦਾ, ਜੋ ਆਪਣੇ ਆਪ 'ਚ ਮਿੱਥ ਹੈ। ਜਦੋਂ ਲੋਕ ਸੈਲਫ ਟ੍ਰੀਟਮੈਂਟ ਕਰਦੇ ਹੈ, ਕੈਮਿਸਟ ਤੋਂ ਪੁੱਛ ਕੇ, ਦੋਸਤ ਤੋਂ ਪੁੱਛ ਕੇ, ਕੋਈ ਨੀਂਦ ਦੀ ਗੋਲੀ, ਘਬਰਾਹਟ ਦੀ ਗੋਲੀ ਸ਼ੁਰੂ ਕਰ ਲੈਂਦੇ, ਉਦੋਂ ਉਹ ਗੋਲੀਆਂ ਛੱਡਣੀਆਂ ਔਖੀਆਂ ਹੋ ਜਾਂਦੀਆਂ। ਜੇ ਤੁਸੀਂ ਕੰਸਲਟੈਂਟ ਕਿਸੇ ਸਾਈਕੈਟ੍ਰਿਸਟ ਤੋਂ ਟ੍ਰੀਟਮੈਂਟ ਲੈਂਦੇ ਹੋ ਤਾਂ ਡਿਪਰੈਸ਼ਨ ਦਾ ਇਲਾਜ ਬੜਾ ਸਰਲ ਹੈ, ਯੂਜਲੀ 4 ਤੋਂ 6 ਮਹੀਨੇ 'ਚ ਦਵਾਈ ਬੰਦ ਵੀ ਕੀਤੀ ਜਾ ਸਕਦੀ ਹੈ। ਸਤਿ ਸ਼੍ਰੀ ਅਕਾਲ ਦੋਸਤੋ।